ਸੰਗਤਾਰ। ਹਾਂਜੀ ਮੰਮੀ। ਪੁੱਤ ਦੁੱਧ ਮੁੱਕ ਗਿਆ, ਤੂੰ ਸਟੋਰ ਜਾ ਕੇ ਦੁੱਧ ਲਿਆਉਂਗਾ? ਮੰਮੀ ਮੈਂ ਹੁਣ ਨਹੀਂ ਜਾ ਸਕਦਾ, ਕੱਲ ਨੂੰ ਮੇਰਾ ਐਗਜ਼ਾਮ ਆ, ਮੈਂ ਪੜ੍ਹਨਾ ਆ, ਬਾਅਦ ਚੱਲ ਜਾਊਂਗਾ। ਬਸ ਇਹੀ ਦਿਨ ਦੇਖਣੇ ਨੂੰ ਰਹਿ ਗਏ ਸੀ। ਵਾਹ, ਮੈਨੂੰ ਪਹਿਲੀ ਪਤਾ ਸੀ ਕਿ ਤੂੰ ਇੱਕ ਦਿਨ ਮੇਰੇ ਨਾਲ ਐਦਾਂ ਹੀ ਕਰੂੰਗਾ। ਮੰਮੀ ਪਲੀਜ਼ ਕੰਮ ਕਰ ਲੈਣ ਦੋ। ਹਾਏ ਮੇਰਿਆ ਬਾਬਲਾ, ਮੈਂ ਲੁੱਟੀ ਗਈ। ਪੁੱਤ ਤੂੰ ਭੁੱਲ ਗਿਆ ਆਪਣੀ ਮਾਂ ਦੀਆਂ ਦੁੱਧ ਪੱਪੀਆਂ? ਜਿੱਥੇ ਵੀ ਜਾਂਦੇ ਹੁੰਦੇ ਸੀ ਤੂੰ ਕਹਿੰਦਾ ਹੁੰਦਾ ਸੀ, ਮੰਮੀ ਦੁੱਧ ਪੱਪੀ ਦੇ ਦੋ, ਦੁੱਧ ਪੱਪੀ ਦੇ ਦੋ। ਤੈਨੂੰ ਰੱਜ ਰੱਜ ਕੇ ਮੈਂ ਦੁੱਧ ਪਿਲਾਇਆ। ਅੱਜ ਜਦੋਂ ਮਾਂ ਨੂੰ ਦੁੱਧ ਦੀ ਲੋੜ ਪੈ ਗਈ, ਤੂੰ ਮਾਂ ਲਈ ਦੁੱਧ ਨਹੀਂ ਲੈ ਕੇ ਆ ਸਕਦਾ? ਮਾਂ ਆਈ ਪ੍ਰੋਮਿਸ ਮੈਂ ਬਾਅਦ ਚੋਂ ਲਿਆਉਂਗਾ ਦੁੱਧ। ਦੇਖੀ ਤੇਰੇ ਵੀ ਬੱਚੇ ਹੋਣੇ ਆ ਇੱਕ ਦਿਨ, ਤੂੰ ਵੀ ਪ੍ਰੈਗਨੈਂਟ ਹੋਊਗਾ ਇੱਕ ਦਿਨ, ਤੂੰ ਵੀ ਮਾਂ ਬਣੂਗਾ ਇੱਕ ਦਿਨ। ਕਿੱਦਾਂ, ਮੈਂ ਤਾਂ ਬੰਦਾ ਆ। ਉਹ ਜਿੱਦਾਂ ਦੇ ਤੇਰੇ ਲੱਛਣ ਆ, ਤੂੰ ਹੀ ਪ੍ਰੈਗਨੈਂਟ ਹੋਊਗਾ। My God, ਮੰਮੀ ਪਲੀਜ਼ ਮੈਨੂੰ ਪੜ੍ਹਨ ਦੋ। ਆਪੀ ਦੁੱਧ ਲੈ ਕੇ ਆਉਣਾ ਪੈਣਾ ਹਰਬੰਸ ਕੌਰੇ, ਨੰਗੇ ਪੈਰੀ ਮੈਨੂੰ ਦੁੱਧ ਲੈ ਕੇ ਆਉਣਾ ਪੈਣਾ, ਬਿਨਾਂ ਕੱਪੜਿਆਂ ਪਾ ਕੇ ਹੀ ਮੈਨੂੰ ਦੁੱਧ ਲੈ ਕੇ ਆਉਣਾ ਪੈਣਾ। ਮੇਰਾ ਦੁਨੀਆ 'ਚ ਕੋਈ ਨਹੀਂ ਹੈਗਾ। ਆਏ ਆਏ ਮੰਮੀ ਤੁਸੀਂ ਏਦਾਂ ਕਦੋਂ ਤੁਰਦੇ ਆ, ਤੁਹਾਡੇ ਸੱਟ ਲੱਗੀ ਆ? ਹਾਂ ਪੁੱਤ ਲੱਗੀ ਆ, ਦਿਲ ਤੇ ਸੱਟ ਲੱਗੀ ਆ, ਦਿਲ ਤੇ। ਫਿਰ ਏਦਾਂ ਕਦੋਂ ਤੁਰਦੇ ਆ, ਸੱਟ ਦਿਨ ਨੂੰ ਲੱਗੀ ਆ ਨਾ ਕਿ ਲੱਤਾਂ ਤੇ? ਜਦੋਂ ਮਾਂ ਦੇ ਦਿਲ ਤੇ ਸੱਟ ਲੱਗਦੀ ਆ, ਸਾਰਾ ਸਰੀਰ ਦੁਖਦਾ, ਫਿਰ ਸਾਰਾ ਸਰੀਰ। ਮੰਮੀ ਐਵੇਂ ਝੂਠ ਨਾ ਬੋਲੀ ਜਾਓ, ਮੈਂ ਬਿਜ਼ੀ ਆ, ਕੱਲ ਨੂੰ ਮੇਰਾ ਐਗਜ਼ਾਮ ਆ। ਓਹ ਸੋਰੀ ਸਰ, ਸੋਰੀ ਸਰਦਾਰ ਸਾਹਿਬ, ਸੋਰੀ ਬਿਜ਼ਨਸਮੈਨ ਜੀ, ਮੈਂ ਤੁਹਾਡੇ ਅੱਗੇ ਬਹੁਤ ਵੱਡਾ ਝੂਠ ਬੋਲਿਆ, ਮਾਫ ਕਰ ਦੋ ਮੈਨੂੰ। ਰਿਸਪੈਕਟਡ ਸਰ, ਮਾਫ ਕਰ ਦੋ, ਮੈਂ ਤੁਹਾਡਾ ਇੰਨਾ ਟਾਈਮ ਵੇਸਟ ਕੀਤਾ, ਮਾਫ ਕਰ ਦੋ ਪ੍ਰਾਈਮ ਮਿਨਿਸਟਰ ਸਾਹਿਬ ਜੀ, ਮਾਫ ਕਰ ਦੋ। ਓ ਮਾਈ ਗੋਡ ਮਾਮ, ਭਾਵੇਂ ਮੈਂ ਮਰ ਵੀ ਜਾਵਾਂ ਹੁਣ, ਤੂੰ ਮੈਨੂੰ ਦੇਖਣ ਨਾ ਆਈ। ਤੇਰੀ ਸਟੱਡੀ ਜ਼ਿਆਦਾ ਜ਼ਰੂਰੀ ਆ, ਮੇਰੇ ਫੂਨਰਲ ਤੇ ਵੀ ਨਾ ਆਈ। ਤੂੰ ਐਗਜ਼ਾਮ ਫੇਲ ਹੋ ਜੂਗਾ ਪੁੱਤ, ਐਗਜ਼ਾਮ ਫੇਲ ਹੋ ਜੂਗਾ। ਪੜ੍ਹਾਈ ਜ਼ਿਆਦਾ ਜ਼ਰੂਰੀ ਆ, ਮਾਂ ਤਾਂ ਕੁਛ ਨਹੀਂ, ਮਾਂ ਤਾਂ ਐਵੇਂ ਆ। ਮਾਂ ਸਟਾਪ, ਮੈਂ ਤੇਰੇ ਕਰਕੇ ਆਪਣੀ ਜੌਬ ਛੱਡੀ ਤੈਨੂੰ ਪਾਲਣ ਲਈ, ਮੈਂ ਤੇਰੇ ਕਰਕੇ ਬੰਦੇ ਮਾਰੇ ਤੈਨੂੰ ਬਚਾਉਣ ਲਈ, ਮੈਂ ਤੇਰੇ ਕਰਕੇ ਤੇਰੇ ਚਾਚੇ ਨਾਲ ਸੁੱਤੀ ਤੈਨੂੰ। ਚਲੋ ਉਹ ਤਾਂ ਮੇਰੀ ਪਰਸਨਲ ਗੱਲ ਸੀ, ਮੈਂ ਤੇਰੇ ਕਰਕੇ ਪੜ੍ਹਾਈ ਛੱਡਤੀ। ਕਾਤੇ, ਮੈਂ ਆਪਣੀ ਫਸਟ ਗ੍ਰੇਡ ਵਿੱਚ ਸੀ, 3 ਦਿਨ ਬਾਅਦ ਤੂੰ ਜੰਮ ਗਿਆ। ਮੰਮੀ ਤੁਸੀਂ ਪਹਿਲੀ ਕਲਾਸ ਹੀ ਪ੍ਰੈਗਨੈਂਟ ਹੋ ਗਏ? ਸਾਡੇ ਟਾਈਮ ਅਸੀਂ ਪਹਿਲੀ ਵਿਆਹ ਕਰਾਲੀ ਦਾ ਹੁੰਦਾ ਸੀ, ਤੁਹਾਡੇ ਵਾਂਗੂ ਬੁੱਢੇ ਹੋ ਕੇ ਨਹੀਂ। ਵੇ ਵਾਹ, ਮੈਂ ਤਾਂ ਮੈਂਟਲ ਹੋ ਗਈ, ਮੈਂਟਲ ਹੋ ਗਈ ਮੈਂ ਤਾਂ, ਮੈਨੂੰ ਡਿਪਰੈਸ਼ਨ ਹੋ ਗਈ, ਡਿਪਰੈਸ਼ਨ ਹੋ ਗਈ ਮੈਨੂੰ। ਡਿਪਰੈਸ਼ਨ, ਵਾਟ ਦਾ ਫੱਕ, ਕਿਹੜਾ ਕੱਢੀ ਆਪਣੀ ਮਾਂ ਨੂੰ? ਹਾਏ ਰੱਬਾ, ਮੈਂ ਤਾਂ ਰੁੜ ਗਈ, ਮੈਂ ਤਾਂ ਰੁੜ ਗਈ। ਦੇਖ ਪੁੱਤ ਮਾਂ ਨੂੰ ਰੋਲਦੀ ਨੂੰ, ਦੇਖ ਮਾਂ ਨੂੰ ਰੋਲਦੀ ਨੂੰ, ਪੁੱਤ ਦੇਖ ਰੋਲਦੀ ਆ ਤੇਰੀ ਮਾਂ। ਕਿੱਥੇ ਫਾਹਾ ਲੈ ਲਿਆ, ਮੇਰੀ ਔਲਾਦ ਮੈਨੂੰ ਏਦਾਂ ਬੋਲਦੀ ਆ, ਮਰ ਜਾਣਾ ਹੁਣ ਮੈਂ, ਮਰ ਜਾਣਾ। ਆ ਤੈਨੂੰ ਪਤਾ ਕੀ ਆ, AK-47 ਤੇਰੀ ਮਾਂ ਮਰਨ ਲੱਗੀ ਆ ਪੁੱਤ, ਮਰਨ ਲੱਗੀ ਆ। ਆਪਣੀ ਮਰਦੀ ਮਾਂ ਨੂੰ ਦੇਖ ਲੈ ਪੁੱਤ, ਮਰਦੀ ਦੇਖ ਲੈ, ਦੇਖ ਲੈ ਆਪਣੀ ਮਰਦੀ ਮਾਂ ਨੂੰ। ਪੁੱਤ ਲੱਗਦਾ ਗੋਲੀ ਵੱਜੀ ਨਹੀਂ, ਦੁਬਾਰਾ ਮਾਰਨੀ ਪੈਣੀ ਆ। ਅਜੇ ਵੀ ਲਿਆ ਦੁੱਧ, ਲਿਆ ਪੁੱਤ, ਇਸ ਟਾਈਮ ਵੱਜ ਜਾਣੀ। ਓਕੇ ਮੰਮੀ, ਪੈਸੇ ਦਿਓ, ਲੈ ਆਉਣਾ ਦੁੱਧ। ਸੱਚੀ, ਹਾਏ ਹਾਏ ਮੇਰਾ ਲਾਡਲਾ ਪੁੱਤ, ਹਾਏ ਮੇਰਾ ਲਾਡਲਾ ਪੁੱਤ। ਚੱਲ ਪੁੱਤ, ਦੁੱਧ ਵੀ ਲਿਆਈ, ਨਾਲੇ ਹੋਰ ਗਰੋਸਰੀ ਵੀ ਲੈ ਕੇ ਆਉਣੀ, ਠੀਕ ਹੈ? ਭਿੰਡੀਆਂ, ਠੀਕ ਹੈ, ਆਂਡੇ, ਧਨੀਆ, ਟਮਾਟੇ, ਸਾਰਾ ਕੁਛ, ਠੀਕ ਹੈ? ਮੈਂ ਤੈਨੂੰ ਮੈਸੇਜ ਕਰ ਦੂੰਗੀ, ਤੂੰ ਸਾਰਾ ਕੁਛ ਲਿਆ, ਠੀਕ ਹੈ? ਹਾਏ ਹਾਏ ਮੇਰਾ ਲਾਡਲਾ ਪੁੱਤ, ਮੇਰਾ ਲਾਡਲਾ ਪੁੱਤ। ਪੁੱਤ, ਉਹ ਪੁੱਤ, ਮੇਰੀਆਂ ਵਾਇਆਗਰਾ ਦੀਆਂ ਗੋਲੀਆਂ ਮੁੱਕ ਗਈਆਂ, ਹੋਰ ਲਿਆ ਦੀ, ਉਹ ਡਾਕਟਰ ਕਹਿੰਦਾ ਜ਼ਰੂਰੀ ਆ। ਨਹੀਂ ਬਾਪੂ ਜੀ, ਮੈਂ ਪੜ੍ਹਨਾ ਆ, ਮੇਰੇ ਕੋਲ ਟਾਈਮ ਨਹੀਂ ਹੈਗਾ। ਉਹ ਪੁੱਤ, ਤੂੰ ਉਹ ਦਿਨ ਭੁੱਲ ਗਿਆ ਜਦੋਂ ਮੈਂ ਤੇਰਾ ਟੂਹਾ ਤੋੜਾ ਹੁੰਦਾ ਸੀ? ਓ ਮਾਈ ਗੋਡ।